tyrann buhen ape bahurangi jo tis pave nanaka sai gal changi rana rao na kurana rang na tung phakir variya ko apani koe na bandha ਸਨਮਾਨ ਯੋਗ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪਾਕ ਪਵਿੱਤਰ ਬੁੱਧ ਅੰਦਰ ਸੱਜ ਬੈਠੇ ਗੁਰੂ ਪਿਆਰੇ ਗੁਰੂ ਸਵਾਰੀ ਸਤਸੰਗੀ ਜਨੋ, ਅੱਜ ਅਸੀਂ ਸਾਰੇ ਹੀ ਉਸ ਨੌਜਵਾਨ ਵੀਰ ਜੋ ਕਿ ਕੁਝ ਦਿਨ ਪਹਿਲਾਂ ਇਸ ਸੰਸਾਰ ਤੋਂ ਚਲੇ ਗਏ ਨੇ, ਅਕਾਲ ਚਰਾਣਾ ਕਰ ਗਏ ਨੇ, ਉਹਨਾਂ ਦੀ ਰੂਹ ਕਲਿਆਣਤਾ ਦੇ ਹਿੱਤ ਅਸੀਂ ਅੱਜ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਦੇ ਵਿੱਚ ਵੀ ਦੋ ਜਿਹੜੀ ਅਰਦਾਸ ਬੇਨਤੀ ਕਰਨ ਲਈ ਇਕੱਤਰ ਹੋਏ ਹਾਂ। ਰਾਮ ਕਲੀ ਮਹਲਾ ਪੰਡਾਂ ਦੀ ਘੋਣ ਕਾਰ ਸਤਿਗੁਰ ਪ੍ਰਸਾਦ ਪੰਡੰਦ ਪਿਆ ਲਈ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗਰ ਤਨ ਪਰਿਵਾਰ ਭਰੀਆਂ ਸ਼ਬਦ ਭਾਵਨੇ ਆਈਆਂ ਸ਼ਬਦ ਤੋਤਾ ਗਾਓ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲ ਹਰ ਨਾਨਕ ਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰ ਸਤਨਾ ਗਲਾ ਸਮਰਾਤ ਸੁਹਾਮੀ ਸੁਖ ਮਨੋ ਵਿਸਾਰੇ ਕਹਿ ਨਾਨਕ ਮਨ ਦੇ ਨਾਮ ਧਿਆਇਆ ਗਏ ਸੰਤ ਧਾਰ ਨਾਨਕ ਦੇ ਕਿਉ ਜੀਵੇ ਕਿੰਨੀ ਛੁੱਟੀ ਨਾਨਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਪਾਤ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਮੋਹੀ ਸਹਾਏ ਅਰਜਨ ਹਰ ਗੋਬਿੰਦ ਨਾਮ ਸਿਮਰੋ ਸ੍ਰੀ ਹਰ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਇਆ ਤੇਹਾ ਹੁਕਮ ਕਮਾਹੀ ਕੱਲੇ ਆਵੈ ਨਾਨਕਾ ਸਦੈ ਪੁੱਠੀ ਜਾਹੀ ਮਹਾਂਵਾਕਾਂ ਦੇ ਅਨੁਸਾਰ ਆਪ ਜੀ ਦੇ ਦਰੋਂ ਘਰੋਂ ਬਰਸਾਈ ਸਰਦਾਰ ਰਣਜੀਤ ਸਿੰਘ ਜੀ ਸਪੁੱਤਰ ਸਰਦਾਰ ਬਗੀਚਾ ਸਿੰਘ ਜੀ ਸਤਿਗੁਰੂ ਜੀ ਆਪ ਜੀ ਵੱਲੋਂ ਬਖਸ਼ੇ ਹੋਏ ਸਵਾਸਾਂ ਰੂਪੇ ਪੂੰਜੀ ਨੂੰ ਖਰਚ ਕਰਦੇ ਹਾਂ। ਕੁਝ ਦਿਨ ਪਹਿਲਾਂ ਅਕਾਲ ਚਲਾਣਾ ਕਰ ਗਏ ਸਨ, ਸੋ ਉਹਨਾਂ ਦੀ ਰੂਹ ਕਲਿਆਣਤਾ ਦੇ ਹਿੱਤ ਸੇਵਕ ਪਰਿਵਾਰ ਵੱਲੋਂ ਆਪ ਜੀ ਦੇ ਚਰਨਾਂ ਦਾ ਓਟਾ ਆਸਰਾ ਲਿਆ ਗਿਆ। ਅੰਮ੍ਰਿਤ ਵੇਲੇ ਆਪਣੇ ਘਰ ਤੁਰਕੀ ਵਾਂਡੇ ਸੰਪੂਰਨ ਭੋਗ ਪਾਏ ਗਏ, ਉਪਰੰਤ ਗੁਰਦੁਆਰਾ ਸਾਹਿਬ ਵਿਖੇ ਦੀਵਾਨ ਸਜੇ ਸਜੇ ਦੀਵਾਨਾ ਅੰਦਰ ਸਤਿਗੁਰੂ ਜੀ ਤੁਰਕੀ ਵਾਂਡੇ ਕੀਰਤਨ ਗੁਰਬਾਣੀ ਕਥਾ ਵਿਚਾਰ ਆਨੰਦ ਸਾਹਿਬ ਬਾਣੀ ਦੇ ਜਾਪ ਹੋਏ ਜੀ ਸੋ
ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਰਖ ਮਹੱਲਾ ਪੰਜਵਾਂ ਗੁਰ ਪੂਰੈ ਕਿਰਪਾ ਧਾਰੀ ਪ੍ਰਭ ਪੂਰੀ ਲੋਚ ਇਸਨਾਨ ਗ੍ਰਹਿ ਆਏ ਆਨੰਦ ਮੰਗਲ ਸੁਖ ਪਾਏ ਗੁਰ ਪੂਰੈ ਕਿਰਪਾ ਧਾਰੀ ਪ੍ਰਭ ਪੂਰੀ ਲੋਚ ਹਮਾਰੀ ਗੁਰ ਨਾਮ ਦਿਰੜਾਇਆ ਹੋਏ ਪਾਪ ਭਏ ਸਭ ਪਾਵਨ ਜਨ ਨਾਨਕ ਸੁਖ ਘਰ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਬਾਣੀ ਦਾ ਸ੍ਰੀ ਸਾਹਿਬ ਪਾਠ ਆਰੰਭ ਹੋਏ ਕੁੰਭ ਤੋਲੇ ਕੋ ਪਾਏ ਉਪਰੰਤ ਚਾਹੇ ਗੁਰੂ ਕੇ ਪਿਆਰਿਓ ਗੁਰਮੁਖਾਂ ਦੀ ਰਚਨਾ ਤੋਂ ਸ਼ਬਦ ਕੀਰਤਨ ਹੋਏ ਕਥਾ ਵਿਚਾਰ ਹੋਏ ਗੁਰੂ ਕੇ ਪਿਆਰਿਓ ਵਿਛੜੇ ਰੂਪ ਗੁਰੂ ਚਰਨਾਂ 'ਚ ਆਪਣੇ ਚਰਨਾਂ 'ਚ ਨਿਵਾਸ ਦੇਣ ਪਿੱਛੇ ਸਾਰੇ ਪਰਿਵਾਰ ਨੂੰ ਸਰਦਾਰ ਬਗੀਚਾ ਸਿੰਘ ਦੇ ਸਾਰੇ ਪਰਿਵਾਰ ਨੂੰ ਪਾਣੀ 'ਚ ਰੱਖਣ ਪਾਣਾ ਮਨ ਦਾ ਬਾਲ ਬਖਸ਼ਣ ਜਿੰਨੀਆਂ ਸੰਗਤਾਂ ਦੂਰ ਦੁਰਾਡੇ ਤੋਂ ਸੇਵ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਵਾਸਤੇ ਗੁਰੂ ਦੀ ਹਾਜ਼ਰੀ ਭਰੀ ਹੈ ਸਾਰੀਆਂ ਸੰਗਤਾਂ ਨੂੰ ਗੁਰੂ ਕੇ ਪਿਆਰਿਓ ਜੀਆਂ ਆਖਿਆ ਜਾਂਦਾ ਕਿਉਂਕਿ ਇਹ ਪਾਣਾ ਜਿਹੜਾ ਅਟਲ ਹੈ ਇਸ ਪਹਾੜੇ ਨੂੰ ਵੱਡੇ ਵੱਡੇ ਕੋਈ ਅਮੀਰ ਸੰਤ ਪਾਤਸ਼ਾਹ ਕੋਈ ਨਹੀਂ ਬਦਲ ਸਕਿਆ ਨਾ ਬਦਲਿਆ ਜਾਣਾ ਹੈ ਗੁਰੂ ਪਿਆਰੋ ਸਾਰੀਆਂ ਸੰਗਤਾਂ ਕੋ ਸਤਨਾਮ ਵਾਹਿਗੁਰੂ ਇਸ ਗੁਰੂ ਕੀ ਬਾਣੀ ਦੇ ਸੱਚੇ ਪਾਤਸ਼ਾਹ ਇਸ ਵੇਲੇ ਭੋਗ ਪਏ ਹਨ ਸੋ ਸਾਰੀਆਂ ਸੰਗਤਾਂ ਰਸਨਾ ਕੁਝ ਚਿਰ ਵਾਸਤੇ ਜਿੰਨਾ ਚਿਰ ਆਪਾਂ ਦੇਗ ਵਰਤਦੀ ਹੈ ਉਪਰੰਤ ਸਾਰੀਆਂ ਸੰਗਤਾਂ ਲੰਗਰ ਛੱਕ ਕੇ ਜਾਣਾ ਹੈ ਆਖੋ ਸਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।